शाबाश तेरा काम उठा उठा सारा नहीं तेरे को नंगे जाता उठा 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 चंगा बंदा है की हो रही हूं जूते के तुझा जूते पा गया चंगा बंदा यार तो ये बंद करना है चंगे टोरे से चल रहे हैं छेती आ इवें करिए हुण ਵੀ ਅਸੀਂ ਚੱਲੇ ਹਾਂ ਟੋਰੇ 'ਤੇ ਠੀਕ ਹੈ ਨਾ ਆਪਾਂ ਦੋ ਤਾਂ ਟੁਰ ਪਏ ਹਾਂ ਘਰੋਂ ਇੱਕ ਜਿਹੜੇ ਦੂਸਰਾ ਆਪਣਾ ਦੋਸਤ ਹੈ ਯਾਰ ਹੈ ਉਹਨੂੰ ਵੀ ਘਰੋਂ ਲੈ ਲੈਂਦੇ ਹਾਂ ਘਰ ਉਹਦਾ ਨੇੜੇ ਹੀ ਹੈ ਉਹਨੂੰ ਆਪਾਂ ਕਾਲ ਕਰਨੇ ਹਾਂ ਉਹਨੂੰ ਵੀ ਸੱਦ ਕੇ ਰਿਹਾ ਫਿਰ ਆਪਾਂ ਤਿੰਨੇ ਚੱਲਾਂਗੇ ਟੋਰੇ ਠੀਕ ਹੈ ਕਾਲ ਉਹਨੂੰ ਮੈਂ ਕਰਨ ਲੱਗਾ ਹੈਲੋ ਯਾਰ ਕਿੱਥੇ ਮੈਂ ਤੂੰ ਅਸੀਂ ਤੇਰੇ ਘਰ ਦੇ ਕੋਲ ਆਏ ਖਲੋਤੇ ਹਾਂ ਉਹ ਤੈਨੂੰ ਦੱਸਿਆ ਨਹੀਂ ਸੀ ਯਾਰ ਜਾਣਾ ਟੁਰਨ ਫਿਰਨ ਸ਼ਹਿਰ ਚੱਲਾਂਗੇ ਅੱਛਾ ਘਰ ਹੀ ਆ ਨਾ ਤੂੰ ਚੱਲ ਅਸੀਂ ਠੀਕ ਹੁੰਦੇ ਆਪਾਂ ਫਿਰ ਘਰ ਬਾਹਰ ਆ ਜਾ ਫਿਰ ਚੱਲਦੇ ਪਏ ਠੀਕ ਬਾਹਰ ਸੜਕ 'ਤੇ ਆ ਜਾ ਰਸਤੇ ਦੇ ਉੱਤੇ ਠੀਕ ਚੱਲ ਵੀ ਆ ਜਾ ਵੇਖ ਯਾਰ ਉਹ ਬਾਹਰ ਆਇਆ ਕਿ ਨਹੀਂ ਨਹੀਂ ਆਇਆ ਚੰਗਾ ਬੰਦਾ ਯਾਰ ਉਹਨੂੰ ਦੋ ਤਿੰਨ ਵਾਰੀ ਕਾਲਾਂ ਕੀਤੀਆਂ ਨੇ ਅਜੇ ਤੱਕ ਬਾਹਰ ਹੀ ਨਹੀਂ ਆਇਆ ਆ ਤੇਰੇ ਡੇਰੇ ਕੋ ਭੁੱਲ ਗਈ ਜਲਦੀ ਬਾਹਰ ਅਗੇ ਮੇਰਾ ਮੁਰੀ ਹਲੋ ਆ ਯਾਰ ਤੇਰੇ ਡੇਰੇ ਤੇ ਕੋ ਆਇਆ ਖਲੋਤੇ ਆ ਬਾਹਰ ਵੇਖ ਤੇ ਤੂੰ ਅਜੇ ਤੱਕ ਬਾਹਰ ਹੀ ਨਹੀਂ ਆਇਆ ਚੰਗਾ ਬੰਦਾ ਯਾਰ ਛੇਤੀ ਆ ਅਸੀਂ ਦੋ ਬੰਦੇ ਇੰਤਜ਼ਾਰ ਕਰਦੇ ਪਏ ਨੇ ਛੇਤੀ ਆ ਤੂੰ ਯਾਰ ਚੰਗਾ ਕਾ ਅੱਛਾ ਛੇਤੀ ਆਇਆ ਛੇਤੀ ਚਲੋ ਆ ਯਾਰ ਯਾਰ ਚੰਗਾ ਤੂੰ ਬੰਦਾ ਫਿਰ ਟੇਕਿਆ ਯਾਰ ਅੱਗੇ ਤੂੰ ਜਿਹੜਾ ਨਾ ਮੈਂ ਨਾ ਤੂੰ ਚੱਲ ਘਰ ਯਾਰ ਤੇਰੇ ਕੋਲ ਚੱਲ ਕੋਈ ਇਹ ਜਿਗਰ ਆਇਆ ਹੀ ਕੋਈ ਨਹੀਂ ਉਹ ਬੰਦਾ ਤੇ ਚੰਗਾ ਯਾਰ ਹੈ ਸਾਡਾ ਇਹ ਯਾਰ ਸਾਡਾ ਦੋ ਨੰਬਰ ਹੈਲੋ ਅੱਛਾ ਆਇਆ 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 ਆ ਨਹੀਂ ਗਿਆ ਅਸਲਾਮ ਅਲੈਕਮ ਵਾਲੇਕਮ ਸਲਾਮ ਚੰਗਾ ਬੰਦਾ ਹੈ ਯਾਰ ਤੂੰ ਤੈਨੂੰ ਕਾਲਾਂ ਕਰ ਕਰਕੇ ਤੂੰ ਯਾਰ ਚੰਗਾ ਸਾਡਾ ਯਾਰ ਬਸ ਮੈਂ ਰਾਤ ਰੁਕ ਗਿਆ ਸੀ ਆਓ ਚਾਹ ਪਾਣੀ ਬਸ ਚਾਹ ਪਾਣੀ ਫਿਰ ਵਾਪਸੀ ਤੇ ਕਰਾਂਗੇ ਮੈਨੂੰ ਮੈਂ ਸਲਾਹ ਕੀਤੀ ਪਏ ਥਾਂ ਸੀ ਵੀ ਟੋਰੇ ਤੇ ਚੱਲੀਏ ਕਿਤੇ ਤੁਰਨ ਫਿਰਨ ਸਹੀ ਸਹੀ ਤੇ ਟੋਰਾ ਫਿਰ ਲਾ ਆਉਂਦੇ ਹਾਂ ਸਹੀ ਫਿਰ ਵਾਪਸੀ ਆ ਕੇ ਚਾਹ ਪਾਣੀ ਕਿੱਥੇ ਜਾਣਾ ਆਪਾਂ ਸ਼ਹਿਰ ਚੱਲਦੇ ਪਏ ਹਾਂ ਸਹੀ ਸ਼ਹਿਰ ਚੱਲਦੇ ਹਾਂ ਤੇ ਟੁਰ ਫਿਰ ਕੇ ਫਿਰ ਵਾਪਸੀ ਆ ਜਾਵਾਂ ਛੇਤੀ ਟਾਈਮ ਦੇ ਨਾਲ ਟਾਈਮ ਵੀ ਮੁਕਤ ਸਾਰੇ ਇੱਥੇ ਜੇ ਬਹਿ ਗਏ ਤੇ ਫਿਰ ਅੱਗੇ ਨਹੀਂ ਜਾਇਆ ਜਾਣਾ ਸਾਡਾ ਆਹੋ ਚਲੋ ਆਇਓ ਕਲੋਵੋ ਕਲੋਵੋ ਯਾਰ ਕਲੋਵੋ ਯਾਰ ਆਪਾਂ ਜਿਗਰੀ ਯਾਰ ਆ ਯਾਰ ਪੁਰਾਣੇ ਨਿੱਕੇ ਹੁੰਦੇ ਨੇ ਯਾਰ ਨਿੱਕੇ ਹੁੰਦੇ ਠੀਕ ਹੈ ਸਕੂਲੇ ਵੀ ਇਕੱਠੇ ਪੜ੍ਹਦੇ ਰਹਿੰਦੇ ਸਹੀ ਠੀਕ ਹੈ ਨਾ ਤੇ ਟੁਰ ਤੇ ਪਿਆ ਕਰੋ ਹਾਂਜੀ ਕਿਹੜੇ ਸ਼ਹਿਰ ਚੱਲੀਏ ਫਰੂਕਾਬਾਦ ਚੱਲੀਏ ਹਰੂਨਾਬਾਦ ਚੱਲੀਏ ਹਰੂਨਾਬਾਦ ਚੱਲੀਏ ਯਾਰ ਹਰੂਨਾਬਾਦ ਚਲੋ ਉੱਥੇ ਪਾਰਕ ਸ਼ਾਰਕ ਵੀ ਉੱਥੇ ਬਾਹਾਂ ਸ਼ਮਾਂ ਦੇ ਨਾਲੇ ਫੋਟੋ ਸ਼ੋਟੋ ਲਵਾਂਦੇ ਸਹੀ ਚਲੋ ਆਇਓ ਉੱਥੇ ਕੋਈ ਸ਼ਾਇਰ ਵੀ ਖਾਵਾਂਗੇ ਹਾਂ ਕੋਈ ਸ਼ਾਇਰ ਵੀ ਖਾਵਾਂਗੇ ਚਲੋ ਯਾਰ ਅੱਜ ਫਿਰ ਉੱਥੇ ਚੱਲਦੇ ਹਾਂ ਹਰੂਨਾਬਾਦ ਸਹੀ ਫਰੂਕਾਬਾਦ ਤੇ ਅਗਲੇ ਦਿਨ ਗਏ ਸਾਂ ਉੱਥੇ ਕੁਛ ਵੀ ਕੋਈ ਨਹੀਂ ਹਰੂਨਾਬਾਦ ਜਾਂਦੇ ਨੇ ਉਹ ਕਿਹਦਾ ਚੱਲਿਆ ਹੈ ਕੀ ਹੋਈ ਹੈ ਠੁੱਡਾ ਲੱਗਾ ਕੀ ਠੁੱਡਾ ਲੱਗ ਗਿਆ ਮੁੰਡਾ ਨਾ ਕੀ ਚੰਗੀ ਤਰ੍ਹਾਂ ਇੰਜੋਏ ਕਰਾਂਗੇ ਸ਼ਹਿਰ ਜਾ ਕੇ ਵਾਹ ਬਾਈ ਵਾਹ ਕਿੰਨੇ ਦੀ ਜੱਫੀ ਬਾ ਜੱਫੀ ਬਾ ਇਹ ਬੜੀ ਮਹਿੰਗੀ ਹੁੰਦੀ ਹੈ ਇਹ ਬੜੀ ਮਹਿੰਗੀ ਹੁੰਦੀ ਹੈ ਕਰੋੜਾਂ ਦੀ ਮੈਂ ਸਮਝੇ ਸੋਨੇ ਦੀ ਇੱਟ ਹੈ ਨਾ ਸੋਨੇ ਮੋਜਾਂ ਲੱਗ ਗਈਆਂ ਯਾਰ ਆਪਣੀਆਂ ਦੇ ਹਾਂ ਚਲੋ ਆਜੋ ਲੈ ਚੱਲਦੇ ਹਾਂ ਇਹਨੂੰ ਸ਼ਹਿਰ ਜਾ ਕੇ ਵੇਚਣੇ ਵਾਹ ਬਾਈ ਵਾਹ ਸਾਡੀਆਂ ਮੋਜਾਂ ਲੱਗ ਗਈਆਂ ਨੇ ਸੋਨੇ ਦੀ ਇੱਟ ਸਾਨੂੰ ਲੱਗ ਗਈ ਭੁੱਖ ਤੇ ਲੱਗੀ ਏ ਲੱਤਾਂ ਵੀ ਜਿਹੜੀਆਂ ਨੇ ਬਹੁਤ ਦੁਖਣ ਡੀਆਂ ਠੀਕ ਹੈ ਨਾ ਭੁੱਖ ਵੀ ਇੰਨੀ ਲੱਗੀ ਹੈ ਹੁਣ ਤਾਂ ਟੁਰਿਆ ਵੀ ਨਹੀਂ ਜਾਣ ਇਵੇਂ ਕਰਦੇ ਹਾਂ ਇੱਥੇ ਜਾਂਦੇ ਹਾਂ ਬਹਿ ਬਹਿ ਜਾਓ ਥੱਲੇ ਬਹਿ ਜਾਓ ਹਾਏ ਹਾਏ ਹੁਣ ਬਹਿ ਜਾਂਦੇ ਹਾਂ ਇੱਥੇ ਠੀਕ ਹੈ ਨਾ ਤੂੰ ਇਵੇਂ ਕਰ ਤੂੰ ਤਾਂ ਘਰ ਘਰ ਤੇਰਾ ਨਾਲ ਸੀ ਤੂੰ ਰੋਟੀ ਛੋਟੀ ਖਾ ਲਈ ਹੋਣੀ ਹੈ ਨਾ ਤੈਨੂੰ ਮੈਂ ਖਾ ਕੇ ਆਇਆ ਹਾਂ ਤੂੰ ਜਾ ਉੱਥੋਂ ਨਾਲ ਦੇ ਗਾਉਂ ਦੇ ਵਿੱਚ ਜਿਹੜੀ ਹੋਟਲ ਹੈ ਨਾ ਹਾਂਜੀ ਹਾਂਜੀ ਉੱਥੋਂ ਜਾ ਕੇ ਲਿਆ ਤੂੰ ਰੋਟੀ ਠੀਕ ਹੈ ਨਾ ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ ਪਿਆ ਅਜੇ ਕਾਫੀ ਬੰਦ ਪਿਆ ਸ਼ਹਿਰ ਜਾਣ
ਸ਼ਹਿਰ ਜਦੋਂ ਫਿਰ ਰੋਟੀ ਖਾ ਕੇ ਫਿਰ ਜਾਂਦੇ, ਤੂੰ ਜਾ ਰੋਟੀ ਲੈ ਕੇ ਆ ਨਾਲ ਦੇ ਗਾਉਂ ਦੇ ਵਿੱਚੋਂ, ਠੀਕ ਹੈ ਨਾ, ਅਤੇ ਰੋਟੀ ਖਾ ਕੇ ਅਤੇ ਫਿਰ ਬੰਦ ਕਰਾਂਗੇ, ਫਿਰ ਜਾ ਕੇ ਇੱਟ ਵੀ ਵੇਚਾਂਗੇ ਅਤੇ ਮੌਜਾਂ ਨੇ ਯਾਰ ਆਪਣੀਆਂ ਦੇ ਖਰਚਾ ਬਣੇ। ਹਾਂਜੀ बकरे दी कढ़ाई ला के आवे, बकरे दी पैसा अपने कोल बहुत है। यार खाना तो मैं ले आंदा, मैं आप करो खा के आया, क्यों ना मैं जरा ना इन थोड़ा जहा जहर मिला देव, क्योंकि मैं जो खाना तो करो खा के आया, ये खाण तो जो ही खाण लगे ये हो जाते बेहोश, बाद चो मैं कला जरा ना हेठ का मालिक हो जाता, मैं तो रोटी खाधी हो मैं आप ही खाण के बेहोश हो जाते हेठ का मैं मालिक कला बन। यार हकिया गल इस तरह है कि वह वाहवा देर हो गई है, वह गया है रोटी लैन, ठीक है ना, हूँ आ रहा होना है। हाँ। आप इस तरह करते हैं, सोने की इट सानू लभी पई है, ठीक है ना, ते वो जो आ जाए ना उन्हू आप जुट्टी ला के मुक्या दे नाल उन्हू खत्म कर सकते हैं, मार देने आने। हाँ। ठीक नहीं टिका देने आ इन्हें फिर सुट देवे, तो इट जी है इन्हें मालक आप दोवें हो जाएंगे, उवें जो वह आ गया तो तिना च तकसीम होगी, इवें आप दोवे होगी। हाँ 50-50 हाथ हाथ साल उन्होंने हूँ आ लैन दे, वो आके बवे दी तो उन्होंने बस बिछा लेना है, ठीक है, उन्होंने खत्म कर देने तो फिर इट आप दोवें तकसीम कर, ठीक है, चलो उन्होंने आ लैन दे, हूँ एक बार आया नहीं बाबा देर हो गई है, आओ आ रही है आ आया, बड़ी भूख लगी है बस आ लैन दे नु कुछ आ लो यार रोटी लैन दी, तेनु तो भूख को नहीं ना? नहीं नहीं मैं चलो आपा फिर खावाने दो मैं रह जा। रोटी खा लेने, रोटी खा के इन खाडे रेड़ देव, खत्म हो जाए किसी पता ही ना लगे, इतने इतने लिया इतने मेरे अगे लिया इतने इधर बो इधर बो ना रोटी खा लेने आप खा यार खा रज के खा रोटी सालन भी नहीं लै के कल रोटी लै आया यार मैनू तो कुछ होने लग पे की तीन बंदे मरे पे ने बिना मरे पे ने के बेहोश ने मैं हेलो काका चलो बहना वा भी उमें सुते ने कि भी वादा घाटा होया इन्हों नाल सोने की इट पई है नाल खाना पिया ये की वजह है ओए होए होए चलो झट बह के सोचना वा भी है की मात्रा इन्होंने नाल बने हो माजरा यार इन्होंने नाम की बनया वन फाइव कॉल भी करना नाले सोचना वा बह के अस्सलाम वालेकुम सर वन फाइव की तरफ से आप बात कर रहे हैं? अच्छा मैं इधर से हरुणाबाद से बात कर रहा हूँ, इधर कोई तीन बंदे हैं वो ढेर हुए पड़े हैं, पता नहीं उनके साथ बेचारों के साथ क्या माजरा बन गया है, कोई मुसाफिर हैं पता नहीं क्या है, आप इधर आएँ जल्दी पहुँचें अपनी टीम के साथ।
आप इन्हें इनका पता करें। ठीक है ठीक है ठीक, मैं इधर ही हूँ। ठीक है मेहरबानी। यार इन्होंने की माजरा बनया होना है। हूँ मेरे जहन ने काम किया है, ये तीन दोस्त ने ते एक कितने जाते पे होने ने रूट ते भी वाक वूक आते होने ने भी घर देहातों के बिच इतने इन्हों लभ गई है सोने की इट। ये सोने की इट ने इन्हों तबाह किया है। ये सोने की इट इन्हों लभी है, ये लालच के बच्चे आ गए ने। उन्हें आखिया मैं मालक बना, उन्हें आखिया मैं कला मालक बना, उन्होंने मार दें तो असी मालक बन जावे। इस तरीके इट ने इन्हों सिर लिया है। तो भाई अल्लाह, लालच बुरी बला है। लालच इंसान केड़ी जगह तो केड़ी जगह पर पहुँचा देती है, किते तो किते पहुँचा देती है इंसान ने। या अल्लाह तू माफ़ कर। वेख लवो हूँ भी इट भी उत्थे दी उत्थे पई है, खाना भी उत्थे दा उत्थे पिया है, हर चीज़ इस दुनिया के उत्ते ही रह गई है, लेकिन ये जड़े ने इस दुनिया के विच नहीं रहे। ओए होए होए, पता नहीं वो वन फाई किधर गल गई, उन्होंने मैं दोबारा फिर कर दा। अस्सलाम वालेकुम सर जी, अजे तक तुसी पहुँचे नहीं, इत्थे एडा वड्डा हादसा हो गया, तीन बंदे हलाक होए पए ने, तुसी पता नहीं कित्थे मसरूफ हो। इत्थे पहुँचो फटोफट, अपनियां गड्डियां घलो, इत्थे एम्बूलेंस की जरूरत है। पता नहीं बंदे सीरियस है काम। हाँ फौरन पहुँचो, गड्डियां घलो अपनी, अद्धे घंटे के अंदर तुसी इत्थे हाजिर होवो। ठीक है ठीक है। हो यार बस, ये दुनिया फानी है, हर इंसान नू लालच खाधी जाता है। वो आंदा है मैं आ, वो आंदा है मैं आ, मैं दे विच हर चीज़ एवं समझ बंदा अपने आप नू फना कर दिंदा है। अस्सलाम वालेकुम दोस्तों, की हाल है, उम्मीद करना कि तुसी सारे ठीक ठाक हो। तो दोस्तों जिमें कि तुहानू पता है कि अज असी एक वीडियो बनाई है नवे तरीके नाल, नवी एवं समझो स्टोरी लैके तुहाडे के हाजिर होए हां। एक तुहाडे वास्ते सबक मोज़ कहानी है, लेकिन असी ठीक ठाक अल्लाह पाक दा शुक्र है तुहाडे सामने खलोते हाँ। एक तुहानू सबक सिखाण वास्ते कहानी बनाई है कि लालच जिहड़ी है लालच ना करिया करो। लालच जिहड़ी है लालच ने तुहानू तुहाडे सामने किवें साडे नाल काम कीता है। ठीक है ना, असी तिन्ने जिहड़े दोस्त सां खत्म हो गए सां। ठीक है, तो असी अलहमदुल्ला ठीक ठाक हाँ, परेशान नहीं होना। तो एक तुहाडे वास्ते सबक मोस कहानी है जी। दोस्तों सबसक्राइब कर दो, सबसक्राइब करो चैनल नू, अगर वीडियो अच्छी लगे तो इन लाइक करो, दोस्तों के नाल शेयर करो, तो सोहने सोहने कमेंट कर दो। हाँ जी, मैं तुहाडा जिला 420 है, अपना नाम दसो बी। हाँ जी ठीक है जनाब, अल्लाह हाफिज। तो बाकी असं बिल्कुल ठीक हाँ, हूँ मैंने टेंशन है भी वो जी वन फाई नाल की, अल्लाह खैर करेगा, अल्लाह याद रखना, अल्लाह हाफिज।